ਸਤ ਸੰਗਤ ਜੀਓ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਘੁੰਮ ਰਹੀ ਹੈ ਤੇ ਸ਼ਾਇਦ ਉਹ ਵੀਡੀਓ ਜਿਹੜੀ ਹੈ ਤੁਸੀਂ ਵੀ ਜ਼ਰੂਰ ਵੇਖੀ ਹੋਵੇਗੀ ਸੋ ਪਿਆਰਿਓ ਉਸ ਵੀਡੀਓ ਦੇ ਵਿੱਚ ਇੱਕ ਲੜਕੀ ਨੇ ਗੁਰੂ ਘਰ ਚੋਂ ਪ੍ਰਸ਼ਾਦਾ ਨਾ ਮਿਲਣ ਤੇ ਸ਼ਿਕਾਇਤ ਕੀਤੀ ਸੀ ਉਸ ਲੜਕੀ ਨੇ ਹੁਣ ਪੁਰਾਣੀ ਵੀਡੀਓ ਡਿਲੀਟ ਕਰਤੀ ਹੈ ਜੋ ਆਪਾਂ ਵੇਖੀ ਹੈ ਤੇ ਉਹਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਤੇ ਉਹਦੇ ਵਿੱਚ ਉਹ ਕੀ ਕਹਿ ਰਹੀ ਐ ਸੋ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਕੁਝ ਸੀਮਤ ਸਮੇਂ ਵਿੱਚ ਰਹਿ ਕੇ ਸਾਂਝੀਆਂ ਕਰਨੀਆਂ ਨੇ ਸੋ ਪਹਿਲਾਂ ਤਾਂ ਸਾਰੇ ਜਣੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਵੀਡੀਓ ਦੇ ਵਿੱਚ ਜੋ ਪੁਰਾਣੀ ਵੀਡੀਓ ਸੀ ਉਹ ਲੜਕੀ ਨੇ ਕਿਹਾ ਸੀ ਕਿ ਮੈਂ ਗੁਰਦੁਆਰਾ ਸਹਿਬ ਗਈ ਸਾਂ ਗੁਰਦੁਆਰਾ ਦਸ਼ਮੇਸ਼ ਕਲਚਰ ਸਹਿਬ ਗਈ ਸੀ ਉਹ ਕੈਨੇਡਾ ਦੇ ਕੈਲਗਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਪ੍ਰਬੰਧਕਾਂ ਵੱਲੋਂ ਪਰੌਂਢੇ ਘਰੇ ਲਿਜਾਣ ਤੋਂ ਉਹਨੂੰ ਮਨਾ ਕਰ ਦਿੱਤਾ ਗਿਆ ਸੀ ਤੇ ਵੀਡੀਓ ਬਣਾ ਕੇ ਫਿਰ ਉਹਨੇ ਗੁਰੂ ਘਰ ਨੂੰ ਭੰਡਿਆ ਵੀ ਸੀ ਤੇ ਕਾਫੀ ਅਜੀਬੋ ਗਰੀਬ ਜਿਹੜੀਆਂ ਉਸ ਲੜਕੀ ਨੇ ਗੱਲਾਂ ਬਾਤਾਂ ਵੀ ਕੀਤੀਆਂ ਸਨ ਸੋ ਇੱਥੇ ਬੇਨਤੀ ਕਰਾਂ ਕਿ ਉਹ ਇੱਕ ਮਿਸਟੇਕ ਸੀ ਜੋ ਕੁਝ ਹੋਇਆ ਉਸ ਲੜਕੀ ਨੇ ਹੁਣ ਮਾਫੀ ਮੰਗੀ ਹੈ ਕਿ ਮੈਂ ਗਲਤੀ ਕੀਤੀ ਹੈ ਕਿ ਮੈਂ ਇੱਕਦਮ ਵੀਡੀਓ ਪਾ ਬੈਠੀ ਪਰ ਮੈਨੂੰ ਉਹ ਵੀਡੀਓ ਨਹੀਂ ਸੀ ਪਾਉਣੀ ਚਾਹੀਦੀ ਮੈਨੂੰ ਪ੍ਰਬੰਧਕਾਂ ਨਾਲ ਕਮੇਟੀ ਨਾਲ ਇੱਕ ਵਾਰੀ ਉਹ ਚੀਜ਼ ਜ਼ਰੂਰ ਸਾਂਝੀ ਕਰ ਲੈਣੀ ਚਾਹੀਦੀ ਸੀ ਉਹ ਪੱਖ ਇੱਕ ਵਾਰੀ ਕਲੀਅਰ ਕਰ ਲੈਣਾ ਚਾਹੀਦਾ ਸੀ ਜੇ ਉਸ ਤੋਂ ਬਾਅਦ ਮੈਨੂੰ ਬੰਦ ਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਸੀ ਪਰ ਜੇ ਮੇਰੀ ਸੁਣਵਾਈ ਨਾ ਹੁੰਦੀ ਤੇ ਉਹਨੇ ਉਹਨੇ ਵੀਡੀਓ ਡਿਲੀਟ ਕਰ ਦਿੱਤੀ ਐ ਤੇ ਵੀਡੀਓ ਡਿਲੀਟ ਕਰਕੇ ਸੰਗਤ ਤੋਂ ਮਾਫੀ ਮੰਗੀ ਐ ਤੇ ਇਹ ਵੀ ਕਿਹਾ ਕਿ ਮੈਂ ਗੁਰੂ ਘਰ ਜਾਵਾਂਗੀ ਤੇ ਕਿਸੇ ਨੇ ਗੁਰੂ ਘਰ ਨਾਲੋਂ ਟੁੱਟਣਾ ਨਹੀਂ ਹਰ ਇੱਕ ਨੇ ਜਾਣਾ ਕੋਈ ਇੱਥੇ ਬੇਨਤੀਆਂ ਆਪਾਂ ਕਰਾਂਗੇ ਕਿ ਕੁਝ ਚੀਜ਼ਾਂ ਕਰਕੇ ਅਸੀਂ ਇਹਨੇ ਤੱਤੇ ਕਾਲੇ ਹੋ ਜਾਣੇ ਆ ਅਸੀਂ ਲੋਕਾਂ ਨੂੰ ਵੀ ਉਸ ਚੀਜ਼ ਚ ਇਨਵੋਲਵ ਕਰ ਲੈਣੇ ਆ ਜਿਹੜੇ ਲੋਕ ਉਹਦੇ ਨਾਲ ਇਨਵੋਲਵ ਹੋ ਗਏ ਹੁਣ ਉਹ ਲੋਕ ਤੇ ਝੂਠੇ ਪੈ ਗਏ ਉਹਨੇ ਤਾਂ ਚਲੋ ਮਾਫੀ ਮੰਗ ਲਈ ਜਿਹੜੇ ਲੋਕਾਂ ਨੇ ਉਹਨੂੰ ਉਕਸਾਇਆ ਵਾਧੂ ਦਾ ਐਵੇਂ ਗੱਲਾਂ ਬਾਤਾਂ ਡਰਾਮੇਬਾਜ਼ੀਆਂ ਕੀਤੀਆਂ ਮੈਂ ਬੇਨਤੀ ਕਰਾਂ ਹੁਣ ਉਹ ਲੋਕ ਵੀ ਕਿੱਥੇ ਜਾ ਕੇ ਕੀ ਕਰਨਗੇ ਇਹ ਫੈਸਲਾ ਕਰੋ ਖਾਂ ਐਵੇਂ ਕਿਸੇ ਦੀ ਅੱਧੀ ਗੱਲ ਸੁਣ ਕੇ ਕਿਸਤੇ ਯਕੀਨ ਨਾ ਕਰਿਆ ਕਰੋ ਹਾਲਾਂਕਿ ਜਿਸ ਬੰਦੇ ਨੇ ਉਹਨੂੰ ਰੋਕਿਆ ਸੀ ਉਹ ਆਮ ਸੰਗਤ ਵਾਲਾ ਬੰਦਾ ਹੈ ਤੁਹਾਨੂੰ ਪਤਾ ਹੈ ਕਿ ਸੰਗਤ ਵਿੱਚ ਬਹੁਤ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਐਵੇਂ ਕਿਸੇ ਨੇ ਕੋਈ ਮਾੜੀ-ਮੋਟੀ ਗੱਲਬਾਤ ਕੀਤੀ ਕਿਸੇ ਦਾ ਸੁਭਾਅ ਹੁੰਦਾ ਤੇ ਆਪਾਂ ਜਾ ਕੇ ਗੁਰੂ ਘਰ ਨੂੰ ਬਦਨਾਮ ਕਰੀਏ ਇਹ ਗੱਲ ਸਹੀ ਨਹੀਂ ਹੈ ਉਸ ਉਸ ਭੈਣ ਨੇ ਆਪਣੀ ਮਾਫੀ ਮੰਗ ਲਈ ਵੀਡੀਓ ਪੁਰਾਣੀ ਡਿਲੀਟ ਕਰਤੀ ਜੋ ਨੇ ਗੁਰੂ ਘਰ ਨੂੰ ਮੰਦਾ ਚੰਗਾ ਵੀ ਬੋਲਿਆ ਸੀ ਇੱਥੇ ਬੇਨਤੀ ਕਰਾਂ ਕਿ ਤੁਸੀਂ ਇਦਾਂ ਦੀ ਗਲਤੀ ਕਦੇ ਨਾ ਕਰਿਓ ਪ੍ਰਬੰਧਕਾਂ ਨਾਲ ਹੋਰ ਜੋ ਪਤਵੰਤੇ ਸੱਜਣ ਨੇ ਉਹਨਾਂ ਨਾਲ ਜ਼ਰੂਰ ਇੱਕ ਦਫ਼ਾ ਇਹੋ ਜੀ ਗੱਲ ਕਰਿਆ ਕਰੋ ਜੇਕਰ ਕਿਤੇ ਵੀ ਕੋਈ ਘਾਟਬਾਤ ਲੱਗਦੀ ਹੈ ਔਰ ਵੀਡੀਓ ਪਾ ਕੇ ਲੋਕਾਂ ਨੂੰ ਇਹ ਨਾ ਕਿਹਾ ਕਰੋ ਕਿ ਗੁਰੂ ਘਰ ਨਾ ਜਾਓ ਤੁਸੀਂ ਗੁਰੂ ਘਰ ਬਾਬੇ ਕਰਕੇ ਜਾਣਾ ਸਤਗੁਰ ਕਰਕੇ ਜਾਣਾ ਕਿਸੇ ਇਨਸਾਨ ਕਰਕੇ ਨਹੀਂ ਜੇ ਕੋਈ ਤੁਹਾਡਾ ਦੁਸ਼ਮਣ ਵੀ ਹੈ ਗੁਰੂ ਘਰ ਚ ਤਾਂ ਦੁਸ਼ਮਣੀ ਭੁਲਾ ਕੇ ਵਖਰੇਵੇਂ ਭੁੱਲ ਕੇ ਤੁਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਘਰ ਕੇ ਜਾਓ ਇੱਕ ਉਹਦੇ ਕਰਕੇ ਗੁਰੂ ਘਰ ਨਾਲੋਂ ਟੁੱਟੋ ਨਾ ਇਹ ਬੇਨਤੀਆਂ ਮੈਂ ਤਾਂ ਕਰਕੇ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਬਹੁਤ ਸਾਰੇ ਲੋਕ ਕਹਿੰਦੇ ਕਮੈਂਟਾਂ ਦੇ ਵਿੱਚ ਅਸੀਂ ਗੁਰੂ ਘਰ ਨਹੀਂ ਜਾਂਦੇ ਜੀ ਗੁਰੂ ਘਰਾਂ ਤੇ ਇਹੋ ਜਿਹੇ ਲੋਕ ਕਾਬਜ ਹੋ ਗਏ ਸੋ ਇਹੋ ਜੀ ਗੱਲ ਨਹੀਂ ਇਹ ਬੇਨਤੀਆਂ ਮੈਂ ਕਰਨੀਆਂ ਤਾਂ ਜ਼ਰੂਰੀ ਸਮਝੀਆਂ ਕਿ ਸੰਗਤ ਦੇ ਮਨ ਵਿੱਚ ਦੁਬਧਾ ਨਾ ਪਵੇ ਤੇ ਕੋਈ ਵੀ ਗੁਰੂ ਘਰ ਨਾਲੋਂ ਟੁੱਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ